ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ ਹਾਂ ਜੋ ਕਿ ਪੂਰੇ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕਿਆ ਹੈ ਜਿਸ ਦੇ ਵਿੱਚ ਕਾਫੀ ਸਾਰਾ ਟਾਈਮ ਕੱਢੋ ਹੈਗਾ ਐਪਲਾਈ ਕਰਨ ਦੇ ਲਈ ਕਿੱਦਾਂ ਐਪਲਾਈ ਕਰਨਾ ਹੈ ਕੌਣ-ਕੌਣ ਐਪਲਾਈ ਕਰ ਸਕਦਾ ਹੈ ਇਹਨਾਂ ਕਲਰਕਾਂ ਦੀ ਪੋਸਟਾਂ ਲਈ ਤੁਹਾਨੂੰ ਮੈਂ ਕੰਪਲੀਟ ਇਨਫੋਰਮੇਸ਼ਨ ਅੱਜ ਦੀ ਇਸ ਵੀਡੀਓ ਦੇ ਵਿੱਚ ਦਵਾਂਗਾ ਸੋ ਵੀਡੀਓ ਨੂੰ ਅੰਤ ਤੱਕ ਪੂਰਾ ਜ਼ਰੂਰ ਦੇਖਿਓ ਜੀ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਜ਼ਰ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਸਾਰੀਆਂ ਹੋਰ ਵੀ ਵੈਕੈਂਸੀਜ਼ ਜਿਹੜੀਆਂ ਨੇ ਜੀ ਉਹ ਆਊਟ ਕਰ ਦਿੱਤੀਆਂ ਗਈਆਂ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ meetacademy.xyz ਤੇ ਜਾ ਕੇ ਚੈੱਕ ਕਰ ਸਕਦੇ ਹੋ Google 'ਤੇ ਸਿੰਪਲ ਟਾਈਪ ਕਰੋਗੇ meetacademy ਤੁਹਾਨੂੰ ਫਰਸਟ ਨੰਬਰ 'ਤੇ ਸਾਡੀ ਵੈਬਸਾਈਟ ਮਿਲ ਜਾਵੇਗੀ ਉੱਥੋਂ ਤੁਸੀਂ ਸਾਰੀ ਜੌਬ ਰਿਲੇਟਿਡ ਅਪਡੇਟਸ ਚਾਹੀਓ ਕਿਸੇ ਵੀ ਗਵਰਨਮੈਂਟ ਅਨਾਊਂਸਮੈਂਟ ਦੇ ਹੋਣ ਜਾਂ ਫਿਰ ਕੋਈ ਵੀ ਲੇਟੈਸਟ ਕਿਸੇ ਰਿਜ਼ਲਟ ਦੇ ਰਿਲੇਟਿਡ ਹੋਵੇ ਜਾਂ ਲੇਟੈਸਟ ਕਿਸੇ ਐਗਜ਼ਾਮ ਦੇ ਰਿਲੇਟਿਡ ਹੋਣ ਸਾਰੇ ਅਪਡੇਟ ਤੁਹਾਨੂੰ ਜਿਹੜੇ ਸਭ ਤੋਂ ਪਹਿਲਾਂ ਮਿਲ ਜਾਂਦੇ ਨੇ ਸੋ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਅਪਡੇਟ ਦੇ ਲਈ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰ ਦਾਂ ਜੀ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਇੰਪੋਰਟੈਂਟ ਗੱਲ ਜ਼ਰੂਰ ਸ਼ੇਅਰ ਕਰਨਾ ਚਾਹਾਂਗਾ ਅਗਰ ਤੁਸੀਂ SSC CGL ਜਾਂ SSC CHSL ਜਾਂ SSC ਦੇ ਕਿਸੇ ਵੀ ਹੋਰ ਐਗਜ਼ਾਮ ਦੀ ਤੁਸੀਂ ਤਿਆਰੀ ਕਰ ਰਹੇ ਹੋ ਚਾਹੇ ਕਿਸੇ ਵੀ ਐਗਜ਼ਾਮ ਦੀ ਉਹਦੇ ਲਈ Unacademy ਦੇ ਉੱਪਰ 2 ਮਾਰਚ ਨੂੰ ਬੈਚਸਟਾਰਟ ਹੋਣ ਜਾ ਰਹੇ ਹਨ ਜਿਸ ਦੇ ਵਿੱਚ ਤੁਹਾਨੂੰ ਫੁੱਲ ਸਿਲੇਬਸ ਜਿਹੜਾ ਹੈ ਜੀ ਉਹ ਕਵਰ ਕਰਾਇਆ ਜਾਏਗਾ ਜਿਸ ਦੇ ਵਿੱਚ ਤੁਹਾਨੂੰ ਹਿੰਦੀ ਦੇ ਵਿੱਚ ਵੀ ਕਲਾਸਿਸ ਵਿੱਚ ਪੜਾਇਆ ਜਾਏਗਾ ਪਲੱਸ ਨੋਟਸ ਪ੍ਰੋਵਾਈਡ ਕਰਵਾਏ ਜਾਣਗੇ ਹਿੰਦੀ ਇੰਗਲਿਸ਼ ਦੇ ਵਿੱਚ 400 ਪਲੱਸ ਘੰਟੇ ਜਿਹੜੇ ਤੁਹਾਨੂੰ ਟੈਸਟ ਜਿਹੜਾ ਤਿਆਰੀ ਉਹ ਕਰਾਈ ਜਾਏਗੀ ਮੌਕ ਟੈਸਟ ਵੀ ਅਵੇਲੇਬਲ ਹੋਣਗੇ ਔਰ ਅਗ ਦੇਉ ਤਾਂ ਹੀ ਹੈਂਡਰੀਜ਼ ਫੀਚਰ ਨੂੰ ਯੂਜ਼ ਕਰਦੇ ਹੋਏ ਤੁਸੀਂ ਜਿਹੜਾ ਹੈ ਜੀ ਇਹਨਾਂ ਦੇ ਲਾਈਵ ਕਲਾਸ ਦੇ ਵਿੱਚ ਆਪਣੇ ਡਾਊਟ ਕਲੀਅਰ ਕਰ ਸਕਦੇ ਹੋ ਤੇ ਤੁਹਾਨੂੰ ਕਲਾਸ ਦੇ ਵਿੱਚ ਪ੍ਰਾਇਓਰਿਟੀ ਵੀ ਦਿੱਤੀ ਜਾਏਗੀ ਤੁਸੀਂ ਅਗੇ ਮੇਰਾ ਕੋਡ ਯੂਜ਼ ਕਰਦੇ ਹੋ ਹਰਮਨ 10 ਤਾਂ ਤੁਹਾਨੂੰ ਇਨਸਟੈਂਟ 10% ਦਾ ਜਿਹੜਾ ਹੈ ਜੀ ਉਹ ਡਿਸਕਾਊਂਟ ਮਿਲ ਜਾਵੇਗਾ ਸੋ ਜ਼ਰੂਰ ਨਾਲ ਤੁਸੀਂ ਇਹਦੇ ਲਈ ਐਨਰੋਲ ਕਰ ਲੈਣਾ ਹੈ ਲਿੰਕ ਮੈਂ ਤੁਹਾਨੂੰ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤੇ ਨੇ ਕਿਉਂਕਿ ਕਿਸੇ ਵੀ ਐਗਜ਼ਾਮ ਨੂੰ ਕ੍ਰੈਕ ਕਰਨ ਦੇ ਲਈ ਉਹਦੀ ਤਿਆਰੀ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਸੋ ਬਿਲਕੁਲ ਰੀਜਨਲ ਪ੍ਰਾਈਸ ਦੇ ਉੱਪਰ ਤੁਹਾਨੂੰ ਤਿਆਰੀ ਕਰਾਈ ਜਾ ਰਹੀ ਹੈ ਸੋ ਜਲਦੀ ਨਾਲ ਜਾ ਕੇ ਰਨਰੋਲ ਕਰ ਲਵੋ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਦਿੱਤਾ ਹੈ ਹੁਣ ਅਸੀਂ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ ਸਭ ਤੋਂ ਪਹਿਲਾਂ ਅਪਲਾਈ ਕਿੱਦਾਂ ਕਰਨਾ ਹੈ ਉਹ ਦੱਸ ਦਿੰਨਾ ਜੀ ਇਹ ਆਫਲਾਈਨ ਅਪਲੀਕੇਸ਼ਨ ਫਾਰਮ ਹੈ ਜਿਹੜਾ ਤੁਸੀਂ ਪਰ ਨਾ ਹੋਏਗਾ ਇਸ ਦੇ ਵਿੱਚ ਕਾਫੀ ਕੈਂਡੀਡੇਟ ਦੀ ਕਮੈਂਟ ਆਉਂਦੇ ਨੇ ਤੁਹਾਨੂੰ ਪ੍ਰੋਬਲਮ ਆਉਂਦੀ ਹੈ ਪਰਨ ਦੇ ਵਿੱਚ ਸਿੰਪਲ ਕੁਝ ਨਹੀਂ ਹੈ ਜੀ ਇਹਦਾ ਪ੍ਰਿੰਟਰ ਤੁਸੀਂ ਕਿਸੇ ਵੀ ਕੈਫੇ ਤੋਂ ਲੈ ਲੈਣਾ A4 ਸ਼ੀਟ ਦੇ ਉੱਪਰ ਸਭ ਤੋਂ ਪਹਿਲਾਂ ਇਹ ਤੁਸੀਂ ਫੋਟੋ ਜਿਹੜੀ ਹੈ ਜੀ ਉਹ ਲਗਾ ਲੈਣੀ ਹੈ ਰੀਸੈਂਟਲੀ ਖਿੱਚਵਾਈ ਹੋਈ ਇਸ ਦਾ ਲਿੰਕ ਮੈਂ ਤੁਹਾਨੂੰ ਫਾਰਮ ਦਾ ਡਾਊਨਲੋਡ ਕਰਨ ਲਈ ਦਿੱਤਾ ਹੈ ਡਿਸਕ੍ਰਿਪਸ਼ਨ ਦੇ ਪਹਿਲੇ ਨੰਬਰ ਤੇ ਜ਼ਰੂਰ ਚੈੱਕ ਕਰ ਲੈਣਾ ਉਸ ਤੋਂ ਬਾਅਦ ਤੁਸੀਂ ਐਜ਼ ਇਟ ਇਜ਼ ਹੀ ਇਹਦਾ ਪ੍ਰਿੰਟ ਆਊਟ ਲੈਣਾ ਕੋਈ ਚੇਂਜਸ ਨਹੀਂ ਕਰਨੇ ਸਭ ਤੋਂ ਪਹਿਲਾਂ ਇੱਥੇ ਆਪਣੀ ਫੋਟੋ ਲਗਾ ਆਪਣੀ ਫੋਟੋ ਲਗਾਣ ਤੋਂ ਬਾਅਦ ਇੱਥੇ ਨਾਮ ਪਰਨਾ ਹੈ ਪੂਰਾ ਕੈਪੀਟਲ ਵਰਡਸ ਠੀਕ ਹੈ ਕਿੰਨੀ ਯਰ ਤੁਹਾਡੀ ਹੋ ਗਈ ਮੰਥ ਕਿੰਨੇ ਡੇਸ ਕਿੰਨੇ ਨੇ ਉਸ ਤੋਂ ਬਾਅਦ ਤੁਸੀਂ ਇੱਥੇ ਆਪਣੀ ਜਿਹੜੀ ਕੁਆਲੀਫਿਕੇਸ਼ਨ ਹੈ ਜੀ ਉਹ ਤੁਸੀਂ ਇੱਥੇ ਭਰਨੀ ਹੋਏਗੀ ਕੁਆਲੀਫਿਕੇਸ਼ਨ ਦੇ ਲਈ ਤੁਸੀਂ ਐਜੂਕੇਸ਼ਨ ਕੁਆਲੀਫਿਕੇਸ਼ਨ ਹਾਈਐਸਟ ਭਰਨੀ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਤੇ ਵਿੱਚ ਕੈਟਾਗਰੀ ਭਰ ਦੇਣੀ ਹੈ ਜੀ ਤੁਸੀਂ ਪਰਮਨੈਂਟ ਐਡਰੈਸ ਜਿਹੜਾ ਹੈ ਜੀ ਉਹ ਤੁਸੀਂ ਇੱਥੇ ਭਰਨਾ ਹੋਏਗਾ ਕੋਰਸਪੋਂਡੈਂਟਸ ਐਡਰੈਸ ਭਰਨਾ ਹੈ ਨੈਸ਼ਨੈਲਿਟੀ ਜਿਹੜੀ ਹੈ ਜੀ ਤੁਸੀਂ ਇੱਥੇ ਭਰ ਸਕਦੇ ਹੋ ਜੀ ਨੈਕਸਟ ਅਗਰ ਮੈਂ ਗੱਲ ਕਰਾਂ ایکسپੀਰੀਅੰਸ ਦੀ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ایکسپੀਰੀਅੰਸ ਹੈਗਾ ਜੀ ਤਾਂ ਉਸ ਤੋਂ ਬਾਅਦ ਅਗਰ ਤੁਹਾਡੇ ਨਾਮ ਤੇ ਕੋਈ ਐਫ ਆਈ ਆਰ ਜਾਂ ਕ੍ਰਿਮੀਨਲ ਕੇਸ ਹੈਗਾ ਉਹ ਵੀ ਇਥੇ ਮੈਂਸ਼ਨ ਕਰ ਸਕਦੇ ਹੋ ਤੁਸੀਂ ਨੈਕਸਟ ਅਗਰ ਗੱਲ ਕਰੀਏ ਸਿਗਨੇਚਰ ਕਰਨੇ ਨੇ ਡੇਟ ਲਗਾ ਲੇ ਤੇ ਲਿਖਣੀ ਹੈ ਜੀ ਜਿਸ ਦਿਨ ਭਰ ਰਹੇ ਹੋ ਔਰ ਨਾਲ ਲਗਾਣੇ ਨੇ ਸਾਰੇ ਕਲੀਅਰ ਤੁਹਾਡੇ ਜਿਹੜੀ ਫੋਟੋ ਕਾਪੀਸ ਨੇ ਤੁਹਾਡੀ ਕੁਆਲੀਫਿਕੇਸ਼ਨ ਐਕਸਪੀਰੀਅੰਸ ਔਰ ਤੁਹਾਡੇ ਪਰਸਨਲ ਡਾਕੂਮੈਂਟਸ ਦੀ ਔਰ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਤੁਸੀਂ ਜਿਹੜਾ 17 ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਨੇ ਸ਼ੇਅਰ ਕਰ ਦੇਣੇ ਨੇ ਜੀ ਸੋ ਚਲੋ ਹੁਣ ਗੱਲ ਕਰ ਲੈਂਦੇ ਨੇ ਪੋਸਟਾਂ ਦੇ ਬਾਰੇ ਵਿੱਚ ਬਰੀਫ ਦੇ ਵਿੱਚ ਇਸਦੇ ਵਿੱਚ ਸੱਤ ਤੋਂ ਵੱਧ ਲੋਗ ਗੱਲ ਕਰਦੇ ਕਲਰ ਦੀਆਂ ਵੈਕੈਂਸੀਸ ਆਊਟ ਹੋਈਆਂ ਨੇ ਅੱਠ ਜਿਸਦੇ ਵਿੱਚ ਜਨਰਲ ਦੇ ਲਈ ਤਿੰਨ ਨੇ ਐਸਸੀ ਦੇ ਲਈ ਤਿੰਨ ਨੇ ਠੀਕ ਹੈ ਜੀ ਉਸ ਤੋਂ ਬਾਅਦ ਈਐਸਐਮ ਦੇ ਲਈ ਇੱਕ ਹੈ ਔਰ ਹੈਂਡੀਕੈਪ ਦੇ ਲਈ ਇੱਕ ਵੈਕੈਂਸੀ ਆਊਟ ਹੋਈ ਹੈ ਇਸਦੇ ਵਿੱਚ ਕੰਸੋਲੀਡੇਟਿਵ ਮੰਥਲੀ ਸੈਲਰੀ ਤੁਹਾਡੀ ਐਸ ਪਰ ਗਵਰਨਮੈਂਟ ਨੋਰਮ ਰਹੇਗੀ ਜਿਸਦੇ ਵਿੱਚ ਤੁਹਾਨੂੰ ਡੀਸੀ ਰੇਟ ਦੇ ਅਕੋਰਡਿੰਗਲੀ ਦਿੱਤੀ ਜਾਏਗੀ ਇਸਦੇ ਵਿੱਚ ਜਿਹੜੀ ਸੈਲਰੀ ਤੁਹਾਡੀ ਮਿਨੀਮਮ ਵੈਸੇ ਹੁੰਦੀ ਹੈ 10600 ਤੋਂ ਲੈ ਕੇ 34800 ਹੁੰਦੀ ਹੈ ਜੀ ਇਸ ਚੀਜ਼ ਦਾ ਤੁਸੀਂ ਧਿਆਨ ਰੱਖਣਾ ਬਾਕੀ ਤੁਹਾਨੂੰ ਜਿਹੜਾ ਵਾਈਲ ਜੋਇਲਿੰਗ ਦੱਸਿਆ ਹੀ ਜਾਏਗਾ ਕੈਂਡੀਡੇਟ ਜਿਹੜੇ ਨੇ ਉਹਨਾਂ ਕੋਲ ਬੀਏ ਬੀਏਸੀ ਕੀਤੀ ਹੋਣੀ ਚਾਹੀਦੀ ਇਸ ਦੇ ਇਕੁਇਵਲੈਂਟ ਤੁਹਾਡੇ ਕੋਲ ਕੈਂਡੀਡੇਟ ਜਿਹੜੇ ਨੇ ਪੰਜਾਬੀ ਲੈਂਗੁਏਜ ਨਾਲ 10ਵੀਂ ਪਾਸ ਆਊਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਔਰ ਤੁਹਾਨੂੰ ਕੰਪਿਊਟਰ ਦੇ ਵਿੱਚ ਪ੍ਰੋਫੀਸ਼ੀਐਂਸੀ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਦੇ ਲਈ ਤੁਸੀਂ ਜ਼ਰੂਰ ਇਸ ਦੇ ਲਈ ਆਪਣੀ ਤਿਆਰੀ ਜਿਹੜੀ ਹੈ ਟੱਕ ਲੈਣੀ ਹੈ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਔਰ ਰੈਲੈਕਸੇਸ਼ਨ ਜਿਹੜੀ ਤੁਹਾਨੂੰ ਦਿੱਤੀ ਜਾਏਗੀ ਐਸ ਪਰ ਗਵਰਨਮੈਂਟ ਨੋਰਮ ਬਾਕੀ ਫਾਰਮ ਹਨ ਨੀਚੇ ਅਟੈਚ ਕੀਤਾ ਹੋਇਆ ਹੈ ਜੀ ਇਸ ਦੇ ਵਿੱਚ ਤੁਹਾਡ ਰਿਟਨ ਟੈਸਟ ਜਿਹੜਾ ਹੋਏਗਾ ਉਹ ਹੈਗਾ ਇੰਗਲਿਸ਼ ਕੰਪੋਜੀਸ਼ਨ ਦਾ 25 ਮਾਰਕਸ ਦਾ ਹੋਏਗਾ ਪੰਜਾਬੀ ਦਾ 25 ਮਾਰਕਸ ਦਾ ਔਰ ਜਨਰਲ ਨੌਲੇਜ ਦਾ 50 ਮਾਰਕਸ ਦਾ ਇਹ ਚ ਹੋਣ ਵਾਲਾ ਹੈ ਜਿਸ ਦੀ ਤਿਆਰੀ ਤੁਸੀਂ ਕਰ ਲੈਣੀ ਹੈ ਵੈਨਿਊ ਜਿਹੜੀ ਹੋਏਗੀ ਟੈਸਟ ਔਰ ਇੰਟਰਵਿਊ ਦੀ ਨੋਟੀਫਾਈ ਕੀਤੀ ਜਾਏਗੀ 25 3 2022 ਤੋਂ ਬਾਅਦ ਠੀਕ ਹੈ ਜੀ ਔਰ ਉਸ ਦੇ ਵਿੱਚ ਵੈਬਸਾਈਟ ਤੇ ਇਹਨਾਂ ਨੇ ਨੋਟੀਫਿਕੇਸ਼ਨ ਦਿੱਤਾ ਹੋਇਆ ਤੁਸੀਂ ਜ਼ਰੂਰ ਜਾ ਕੇ ਚੈੱਕ ਕਰ ਲੈਣਾ 17 3 2022 ਤੱਕ ਤੁਹਾਡੀ ਐਪਲੀਕੇਸ਼ਨ ਸ਼ਾਮ 5 ਵਜੇ ਤੱਕ ਦਿੱਤੇ ਗਏ ਐਡਰੈਸ ਤੇ ਪਹੁੰਚ ਜਾਣੇ ਚਾਹੀਦੀਆਂ ਨੇ ਜਿਹੜਾ ਐਪਲੀਕੇਸ਼ਨ ਫਾਰਮ ਇਨਕੰਪਲੀਟ ਹੁੰਦਾ ਇਨਕਰੈਕਟ ਹੁੰਦਾ ਤਾਂ ਐਪਲੀਕੇਸ਼ਨ ਰਿਜੈਕਟ ਹੋ ਜਾਵੇਗੀ ਬਿਲਕੁਲ ਆਪਣੀ ਉਹੀ ਜਾਣਕਾਰੀ ਲਿਖਣੀ ਹੈ ਜਿਹੜੀ ਤੁਹਾਡੇ ਕੋਲ ਜਿੱਤੇ ਸਰਟੀਫਿਕੇਟ अवेलेबल ਹੈਗੇ ਨਹੀਂ ਜੀ ਉਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਤੁਹਾਨੂੰ ਦਿੱਤਾ ਹੋਇਆ ਹੈ ਮੈਂ ਡਾਊਨਲੋਡ ਜ਼ਰੂਰ ਕਰ ਲੈਣਾ ਡਿਸਕ੍ਰਿਪਸ਼ਨ ਦੇ ਵਿੱਚੋਂ ਡਾਇਰੈਕਟ ਲਿੰਕ ਦੇ ਦਾਂਗਾ ਜੀ ਤੁਹਾਨੂੰ ਕਿਤੇ ਜਾਣਾ ਨਹੀਂ ਪਏਗਾ ਸੋ ਇਹ ਨੋਟੀਫਿਕੇਸ਼ਨ ਜਿਹੜਾ ਜੀ ਕੋਰਟ ਵਿੱਚ ਆਊਟ ਹੋਈ ਹੈ ਨੇ ਜਲਦੀ ਨਾਲ ਜਾ ਕੇ ਤੁਸੀਂ ਇਹਦੇ ਲਈ ਅਪਲਾਈ ਕਰ ਲਵੋ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਜੀ ਨੋਟੀਫਿਕੇਸ਼ਨ ਨੂੰ ਪੜਨ ਦੇ ਲਈ ਡਾਊਨਲੋਡ ਜ਼ਰੂਰ ਕਰ ਲੈਣਾ ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ ਤੇ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ